ਗੁੱਡ ਮਾਰਨਿੰਗ एवरीवन ਮੇਰਾ ਨਾਮ ਜਤਿਨ ਬਾਂਸਲੇ ਆਜ ਆਪਾਂ ਰੀਜ਼ਨਿੰਗ ਸਟਾਰਟ ਕਰਨ ਜਾ ਰਹੇ ਆ ਇਸ ਦਾ ਵੈਰੀ ਫਰਸਟ ਚੈਪਟਰ ਐਨਲੋਜੀ ਆਪਾਂ ਸਟਾਰਟ ਕਰਾਂਗੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ ਮੋਸਟ ਆਫ ਜਿਹੜੇ ਸਟੂਡੈਂਟਸ ਹੁੰਦੇ ਨੇ ਇਸ ਚੈਪਟਰ ਨੂੰ ਇਗਨੋਰ ਕਰ ਦਿੰਦੇ ਨੇ ਤੇ ਇਸ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਨੌਲੇਜ ਦੀ ਲੋੜ ਹੁੰਦੀ ਹੈ 댓्स व्हाई ना एग्जाम ਦੇ ਵਿੱਚ ਤੁਸੀਂ ਅੱਛਾ ਪਰਫਾਰਮ ਨਹੀਂ ਕਰ ਪਾਉਂਦੇ ਐਨਲੋਜੀ ਦੇ ਵਿੱਚ ਮੈਂ ਜੋ ਵੀ एग्जाम ਦੇਖ ਰਿਹਾ ਹਾਂ ਅੱਜਕੱਲ ਹਰ ਇੱਕ एग्जाम ਦੇ ਵਿੱਚ 2 ਤੋਂ 3 ਕੁਐਸਚਨ ਐਨਲੋਜੀ ਦੇ ਆ ਰਹੇ ਨੇ ਤੇ ਉਹਦੇ ਵਿੱਚੋਂ ਬੱਚਾ ਅਟੈਂਪਟ ਨਹੀਂ ਕਰ ਪਾਉਂਦਾ ਟਾਈਮ ਦੇ ਉੱਤੇ 댓्स व्हाई ਆਪਣੀ ਪ੍ਰੈਕਟਿਸ ਹੋਣੀ ਬਹੁਤ ਜ਼ਰੂਰੀ ਹੈ ਤਾਂ ਆਪਾਂ ਇਹਦੇ ਬਹੁਤ ਜ਼ਿਆਦਾ ਕੁਐਸਚਨ ਕਰਾਂਗੇ ਹੋ ਸਕਦਾ 500 ਪਲੱਸ ਇਹਦੇ ਆਬਜੈਕਟਿਵ ਕੁਐਸਚਨ ਹੋਣਗੇ ਇੱਕ ਪਾਰਟ ਦੇ ਵਿੱਚ ਮੈਂ ਮੈਕਸਿਮਮ 50 ਕੁਐਸਚਨ ਡਿਸਕਸ ਕਰੂੰਗਾ ਤੁਸੀਂ ਆਪਣੇ ਨਾਲ-ਨਾਲ ਹਰ ਇੱਕ ਗੱਲ ਸੁਣੀ ਜਾਓ ਤੇ ਆਪਣੇ ਨੋਟਸ ਪਰਸਨਲੀ ਬਣਾਈ ਜਾਇਆ ਕਰੋ ਠੀਕ ਹੈ ਬਟਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਚਲੋ ਅੱਜ ਦਾ ਸੈਸ਼ਨ ਆਪਾਂ ਆਪਣਾ ਸਟਾਰਟ ਕਰਦੇ ਹਾਂ ਤਾਂ ਐਨਲੋਜੀ ਵਾਲਾ ਚੈਪਟਰ ਹੈਗਾ ਤਾਂ ਫਰਸਟ ਕੁਐਸਚਨ ਆਏਗਾ ਜੈਂਟ ਡਵਾਫ ਤਾਂ ਇਹਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈਗਾ ਜੈਂਟ ਤੇ ਡਵਾਫ ਦਾ ਇਹ ਆਪੋਜ਼ਿਟ ਵਰਡਸ ਨੇ ਜਿਹਨੂੰ ਆਪਾਂ ਐਂਟੋਨੀਮਸ ਕਹਿੰਦੇ ਆ ਜੈਂਟ ਮਤਲਬ ਬਹੁਤ ਬੜਾ ਹੁੰਦਾ ਤੇ ਡਵਾਫ ਮਤਲਬ ਕੀ ਹੁੰਦਾ ਛੋਟਾ ਹੁੰਦਾ ਤਾਂ ਸੇਮ ਵੇ ਨਾਲ ਅੱਗੇ ਆਪਾਂ ਜੀਨੀਅਸ ਦਾ ਆਪੋਜ਼ਿਟ ਦੇਖਣਾ ਹੈ ਤਾਂ ਜੀਨੀਅਸ ਮਤਲਬ ਆਪਾਂ ਤੁਹਾਡੇ ਸਾਹਮਣੇ ਆਪਾਂ ਨੂੰ ਪਤਾ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦਾ ਹੈ ਹਨਾ ਤਾਂ ਇਹਦਾ ਆਪੋਜ਼ਿਟ ਕੀ ਹੋਗਾ ਈਡੀਅਟ ਹੋਏਗਾ ਨਲੈਕ ਪਰਸਨ ਈਡੀਅਟ ਪਰਸਨ ਤਾਂ ਸੀ অপਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਸੈਕਿੰਡ ਕੁਐਸਚਨ ਦੇਖੋ ਆਪਣਾ নিউজਪੇਪਰ ਪ੍ਰੈਸ ਤਾਂ ਇਸ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਤੁਸੀਂ ਬਣਾ ਬਣਾ ਸਕਦੇ ਹੋ ਵੀ ਜਿਹੜੀ ਪ੍ਰੈਸ ਹੁੰਦੀ ਹੈ ਉਸ ਦੇ ਵਿੱਚ ਆਪਾਂ ਨਿਊਜ਼ਪੇਪਰ ਬਣਾਉਂਦੇ ਆ ਹਨਾ ਤਾਂ ਇਹ ਛੋਟਾ ਜਿਹਾ ਰਿਲੇਸ਼ਨ ਆਪਾਂ ਨੇ ਬਣਾ ਲਿਆ ਤਾਂ ਸੇਮ ਵੇ ਨਾਲ ਕਲੋਥ ਦਾ ਆਪਾਂ ਕੀ ਰਿਲੇਸ਼ਨ ਬਣਾ ਸਕਦੇ ਆ ਤਾਂ ਕਲੋਥ ਕਿੱਥੇ ਬਣਦਾ ਹੁੰਦਾ ਅਸਲ ਦੇ ਵਿੱਚ ਤਕਲੋਥ ਮਿੱਲ ਦੇ ਵਿੱਚ ਬੰਦਾ ਹੁੰਦਾ ਹੈ ਤਾਂ ਡੀ ਆਪਸ਼ਨ ਮਿੱਲ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਹਰ ਗੱਲ ਨੂੰ ਧਿਆਨ ਨਾਲ ਸੁਣੋ ਮੈਂ ਪਹਿਲੀ ਗੱਲ ਕਹਿ ਰਿਹਾ ਬੇਟਾ ਵੀ ਇਹੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੁਸੀਂ ਇਹ ਮੋਸਟ ਆਫ ਸਟੂਡੈਂਟ ਜਿਹੜੇ ਹੈਗੇ ਨੇ ਏ ਵਾਲੇ ਆਪਣੇ ਚੈਪਟਰ ਨੂੰ ਮਿਸ ਕਰਕੇ ਲੈਫਟ ਕਰਕੇ ਜਾਂਦੇ ਹੁੰਦੇ ਨੇ ਤੇ ਪੇਪਰ 'ਚ ਬਹੁਤ ਜ਼ਿਆਦਾ ਉਲਝਦੇ ਨੇ ਉਹ ਥੈਟਸ ਵਾਈ ਮੈਂ ਇਹ ਵਾਲਾ ਚੈਪਟਰ ਚੱਕਿਆ ਵੀ ਤੁਸੀਂ ਆਰਾਮ ਨਾਲ ਇਹ ਵਾਲਾ ਚੈਪਟਰ ਆਪਣਾ ਨੋਟਸ ਬਣਾਓ ਤੇ ਹਰ ਗੱਲ ਨੂੰ ਧਿਆਨ ਨਾਲ ਸੁਣੋ ਤੇ ਮੈਂ ਬਹੁਤ ਜ਼ਿਆਦਾ ਕੁਐਸਚਨ ਇਹਦੇ ਡਿਸਕਸ ਕਰੂੰਗਾ ਠੀਕ ਹੈ ਨੈਕਸਟ ਥਰਡ ਕੁਐਸਚਨ ਆਪਾਂ ਡਿਸਕਸ ਕਰ ਰਹੇ ਹਾਂ ਅਨੀਮੀਆ ਬਲੱਡ ਤਾਂ ਪਹਿਲਾ ਇਹਦਾ ਰਿਲੇਸ਼ਨ ਪਤਾ ਹੋਣਾ ਚਾਹੀਦਾ ਅਨੀਮੀਆ ਦਾ ਬਲੱਡ ਨਾਲ ਕੀ ਰਿਲੇਸ਼ਨ ਹੈ ਜਦੋਂ ਆਪਣੀ ਬਾਡੀ ਦੇ ਵਿੱਚ ਬਲੱਡ ਦੀ ਕਮੀ ਹੋ ਜਾਂਦੀ ਹੈ ਤਾਂ ਉਹਦੋਂ ਅਨੀਮੀਆ ਡਿਜ਼ੀਜ਼ ਹੋ ਜਾਂਦਾ ਹੈ ਤਾਂ ਮਤਲਬ ਬਲੱਡ ਦੀ ਕਮੀ ਅਨੀਮੀਆ ਤਾਂ ਅਨੀਮੀਆ ਕੀ ਹੁੰਦਾ ਬਲੱਡ ਦੀ ਕਮੀ ਕਰਕੇ ਹੁੰਦਾ ਤਾਂ ਸੇਮ ਵੇ ਨਾਲ ਅਨਾਰਚੀ ਦਾ ਰਿਲੇਸ਼ਨ ਕੀ ਹੋਊਗਾ ਦੇਖੋ ਅਨਾਰਚੀ ਕੀ ਹੁੰਦੀ ਹੈ ਲੈਕ ਆਫ ਗਵਰਨਮੈਂਟ ਹੁੰਦੀ ਹੈ ਤਾਂ ਜੇ ਗਵਰਨਮੈਂਟ ਦੀ ਕਿਸੇ ਕੰਟਰੀ ਦੇ ਵਿੱਚ ਕਮੀ ਹੁੰਦੀ ਹੈ ਤਾਂ ਉਸ ਨੂੰ ਕੀ ਬੋਲਦੇ ਆਪਾਂ ਅਨਾਰਚੀ ਬੋਲਦੇ ਆਂ ਤਾਂ ਬੀ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਤਾਂ ਬੀ ਆਪਸ਼ਨ ਠੀਕ ਹੈ ਫੋਰਥ ਕੁਐਸਚਨ ਦੇਖਦੇ ਆਂ ਕੈਟਲ ਹਰਡ ਇਹਨਾਂ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈ ਕੈਟਲ ਤੇ ਹਰਡ ਦਾ ਕੈਟਲ ਇੱਕ ਆਪਣੇ ਪਸ਼ੂ ਹੁੰਦੇ ਨੇ ਜਿਨ੍ਹਾਂ ਦੇ ਗਰੁੱਪ ਨੂੰ ਆਪਾਂ ਕੀ ਬੋਲਦੇ ਆ ਹਰਡ ਬੋਲਦੇ ਆਂ ਮਤਲਬ ਕੈਟਲਸ ਦੇ ਗਰੁੱਪ ਨੂੰ ਕੀ ਬੋਲਦੇ ਆਪਾਂ ਹਰਡ ਬੋਲਦੇ ਆਂ same vein of sheep sheep ਜਿਹੜਾ ਭੇਡਾਂ ਹੁੰਦੀਆਂ ਨੇ ਉਹਨਾਂ ਦੇ ਗਰੁੱਪ ਨੂੰ ਆਪਾਂ ਕੀ ਬੋਲਾਂਗੇ ਤਾਂ sheep ਦੇ ਗਰੁੱਪ ਨੂੰ ਆਪਾਂ ਫਲੌਕ ਬੋਲਦੇ ਆ ਤਾਂ ਇਹ ਆਪਸ਼ਨ ਫਲੌਕ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਤਾਂ ਬਹੁਤ इजी ਨੇ ਤਾਂ ਤੁਸੀਂ ਆਪਣਾ ਧਿਆਨ ਨਾਲ ਸੁਣਦੇ ਜਾਓ ਹਰ ਇੱਕ ਗੱਲ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਆਪਣੇ ਅੱਗੇ ਫਰੈਂਡਸ ਦੇ ਵਿੱਚ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰੋ ਵੀ ਤਾਂ ਜੋ ਉਹਨਾਂ ਨੂੰ ਵੀ ਇੱਕ ਅੱਛਾ ਡਾਟਾ ਮਿਲ ਸਕੇ ਓਕੇ एवरीवन ਤਾਂ ਨੈਕਸਟ ਕੁਐਸਚਨ ਆਪਾਂ ਡਿਸਕਸ ਕਰਦੇ ਆਂ ਬੋਟਨੀ ਪਲਾਂਟਸ ਤਾਂ ਇਹਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਬੋਟਨੀ ਕੀ ਹੈ ਪਲਾਂਟਸ ਦੀ ਸਟਡੀ ਨੂੰ ਆਪਾਂ ਬੋਟਨੀ ਕਹਿੰਦੇ ਹਾਂ ਠੀਕ ਹੈ ਸੇਮ ਹੈ ਨਾ ਇੰਟਰਮਲੋਜੀ ਕੀ ਹੋਏਗਾ ਇੰਟਰਮਲੋਜੀ ਆਪਣੀ ਇਨਸੈਕਟਸ ਦੀ ਸਟਡੀ ਨੂੰ ਬੋਲਦਾ ਹੈ ਇੰਟਰਮਲੋਜੀ ਤਾਂ ਬੀ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਇੰਟਰਮਲੋਜੀ ਇਨਸੈਕਟਸ ਦੀ ਸਟਡੀ ਨੂੰ ਕਹਿੰਦੇ ਨੇ ਬਿਲਕੁਲ ਓਕੇ ਨੈਕਸਟ 6ਥ ਕੁਐਸਚਨ ਦੇਖੋ ਐਕਟਿੰਗ ਥੀਟਰ ਤਾਂ ਇਸ ਦਾ ਮਤਲਬ ਇਹਦਾ ਆਪਸ ਵਿੱਚ ਕੀ ਰਿਲੇਸ਼ਨ ਬਣਾਓਗੇ ਵੀ ਜਿਹੜੀ ਆਪਾਂ ਐਕਟਿੰਗ ਕਰਦੇ ਹੈਗੇ ਆ ਤਾਂ ਐਕਟਿੰਗ ਆਪਾਂ ਕਿੱਥੇ ਕਰਦੇ ਆ ਪਰਫਾਰਮ ਕਰਦਾ ਥੀਏਟਰ ਦੇ ਵਿੱਚ ਸੇਮ ਵੇ ਨਾਲ ਆਪਾਂ ਗੱਲ ਕਰੀਏ ਜਿਹੜੀ ਆਪਾਂ ਗੈਂਬਲਿੰਗ ਜੂਆ ਜਿਹਨੂੰ ਆਪਾਂ ਕਹਿੰਨਾ ਗੈਂਬਲਿੰਗ ਪਲੇ ਕਰਦੇ ਆ ਤਾਂ ਉਹ ਕਿੱਥੇ ਪਲੇ ਕਰਦੇ ਆ ਕਸੀਨੋ ਦੇ ਵਿੱਚ ਪਲੇ ਕਰਦੇ ਆ ਤਾਂ ਏ অপਸ਼ਨ ਕਸੀਨੋ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਬਹੁਤ ਈਜ਼ੀ ਨੇ ਤਾਂ ਤੁਸੀਂ ਇਹਨੂੰ ਇੰਨਾ ਵੀ ਈਜ਼ੀ ਨਾਲ ਸਮਝੋ ਵੀ ਹਾਂ ਤਾਂ ਇਜ਼ੀ ਨੇ ਛੱਡਾ ਪਾ ਛੱਡ ਦਿਨੇ ਚੈਪਟਰ ਨੂੰ ਬੇਟਾ ਮੈਂ ਬਾਰ ਬਾਰ ਕਹਿੰਨਾ ਇੰਨਾ ਇੰਪੋਰਟੈਂਟ ਚੈਪਟਰ ਹੈ ਮੈਂ ਕੋਈ ਫਾਲਤੂ ਚੈਪਟਰ ਨਹੀਂ ਸਟਾਰਟ ਕਰਦਾ ਹੈਗਾ YouTube ਦੇ ਉੱਤੇ ਬੱਚੇ ਬਹੁਤ ਜ਼ਿਆਦਾ ਇਹਨੂੰ ਇਗਨੋਰ ਕਰਦੇ ਨੇ ਤੁਸੀਂ ਬੇਟਾ ਇਗਨੋਰ ਨਹੀਂ ਕਰਨਾ ਇਸ ਚੈਪਟਰ ਨੂੰ ਠੀਕ ਹੈ ਨੈਕਸਟ ਵਿਜੀਲੈਂਟ ਅਲਰਟ ਤਾਂ ਵਿਜੀਲੈਂਟ ਦਾ ਮਤਲਬ ਕੀ ਹੁੰਦਾ ਅਲਰਟ ਹੋ ਜਾਣਾ ਇਹ ਬੇਟਾ ਹੈਗੇ ਨੇ ਅਸਲ ਦੇ ਵਿੱਚ ਆਪਣੇ ਸਾਇਨੋਨੀਮਸ ਨੇ ਜਿਨ੍ਹਾਂ ਦਾ मीनिंग ਸੇਮ ਹੈ ਮਤਲਬ ਵਿਜੀਲੈਂਟ ਦਾ मीनिंग ਹੀ ਕੀ ਹੈ ਅਲਰਟ ਹੈਗਾ ਤਾਂ ਵਾਇਬਲ ਦਾ मीनिंग ਕੀ ਹੋਗਾ ਤਾਂ ਵਾਇਬਲ ਦਾ ਮਤਲਬ ਹੁੰਦਾ ਫੀਜੀਬਲ ਤਾਂ ਫੀਜੀਬਲ ਵਾਇਬਲ ਕੀ ਹੁੰਦਾ ਪੋਸੀਬਲ ਟੂ ਡੂ ਈਜ਼ੀਲੀ ਤਾਂ ਜਿਹੜੀ ਚੀਜ਼ ਆਪਾਂ ਬਹੁਤ ਈਜ਼ੀਲੀ ਪਰਫਾਰਮ ਕਰ ਸਕਦੇ ਆ ਉਸ ਨੂੰ ਆਪਾਂ ਵਾਇਬਲ ਜਾਂ ਫੀਜੀਬਲ ਕਹਿੰਦੇ ਆ ਇਹ ਦੋਹੇ ਕੀ ਨੇ ਸਾਇਨੋਨੀਮਸ ਨੇ ਇਹਨਾਂ ਦੇ मीनिंग ਸੇਮ ਨੇ ਠੀਕ ਹੈ ਤਾਂ ਆਪਣੇ 7 ਕੁਐਸਚਨ ਡਿਸਕਸ ਹੋ ਗਏ ਨੈਕਸਟ ਆਪਾਂ ਡਿਸਕਸ ਕਰਦੇ ਆ ਬਹੁਤ ਹੀ ਫੇਮਸ ਮੁੰਬਈ ਆਪਣਾ ਮਹਾਰਾਸ਼ਟਰ ਤਾਂ ਇਹ ਤੋਂ ਕਿਵਾਂ ਜਦਾ ਜਿਹੜਾ ਮੁੰਬਈ ਸ਼ਹਿਰ ਆਪਣਾ ਮਹਾਰਾਸ਼ਟਰ ਦਾ ਕੈਪੀਟਲ ਹੈ ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਮੁੰਬਈ ਆਪਣੀ ਮਹਾਰਾਸ਼ਟਰ ਦੀ ਕੈਪੀਟਲ ਹੈ ਤਾਂ ਜਿਹੜੀ ਤਿਰਵਿੰਦਰ ਮੈਸਲ ਦੇ ਵਿੱਚ ਇੱਕ ਇਸ ਦੀ ਕੈਪੀਟਲ ਹੁੰਦੀ ਹੈ ਕੇਰਲਾ ਸਟੇਟ ਦੀ ਕੈਪੀਟਲ ਐ ਸੀ ਆਪਸ਼ਨ ਕੇਰਲਾ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਮੀਨੂ ਫੂਡ ਤਾਂ ਇਹਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਵੀ ਜਿਹੜਾ ਮੈਨੂ ਹੁੰਦਾ ਮੀਨੂ ਕਹਿ ਸਕਦੇ ਹੋ ਮੈਨੂ ਕਹਿ ਸਕਦੇ ਹੋ ਜਿਹੜਾ ਆਪਣੇ ਹੋਟੈਲਸ ਵਿੱਚ ਮਿਲਦਾ ਹੁੰਦਾ ਹੈ ਉਸਦੇ ਦੇਖੋ ਫੂਡ ਆਈਟਮਜ਼ ਦੀ ਲਿਸਟ ਹੁੰਦੀ ਆ ਹਨਾ ਤਾਂ ਉਸ ਨੂੰ ਆਪਾਂ ਕੀ ਬੋਲਦੇ ਆ ਮੀਨੂ ਬੋਲਦੇ ਆ ਤਾਂ ਕੈਟਲੌਗ ਕੀ ਦੀ ਲਿਸਟ ਹੁੰਦੀ ਅਸਲ ਦੇ ਵਿੱਚ ਤਾਂ ਕੈਟਲੌਗ ਜਿਹੜੀ ਹੁੰਦੀ ਹੈ ਇਹ ਲਿਸਟ ਹੁੰਦੀ ਹੈ ਬੁਕਸ ਦੀ ਤਾਂ ਬੁਕਸ ਦੀ ਲਿਸਟ ਨੂੰ ਆਪਾਂ ਕੀ ਬੋਲਦੇ ਆ ਕੈਟਲੌਗ ਬੋਲਦੇ ਆ ਬਿਲਕੁਲ एवरीवन ਓਕੇ ਤਾਂ ਲਾਇਬ੍ਰੇਰੀ ਉੱਤੇ ਟਿਕ ਨਹੀਂ ਲਾਣਾ ਹੈਗਾ ਧਿਆਨ ਰੱਖਿਆ ਕਰੋ ਥੋੜਾ ਜਿਹਾ ਵੀ ਰਿਲੇਸ਼ਨ ਆਪਣਾ ਕੀ ਬਣ ਬਣ ਰਿਹਾ ਹੈ ਮੀਨੂ ਦੇ ਵਿੱਚ ਫੂਡ ਦੀ ਲਿਸਟ ਆਪਣੀ ਜਾਰੀ ਰੱਖੀ ਹੋਈ ਹੈ ਤਾਂ ਕੈਟਲੌਗ ਦੇ ਵਿੱਚ ਬੁੱਕਸ ਦੀ ਲਿਸਟ ਹੋਗੀ ਓਕੇ एवरीवन ਤਾਂ 9 ਕੁਐਸਚਨ ਆਪਾਂ ਡਿਸਕਸ ਹੋਗੇ ਨੈਕਸਟ ਪલ્પ ਪੇਪਰ ਤਾਂ ਬਹੁਤ ਹੀ ਫੇਮਸ ਮਤਲਬ ਪੇਪਰ ਹੈ ਜਿਹੜਾ ਅਸਲ ਦੇ ਵਿੱਚ ਤਾਂ ਜਿਹੜਾ ਰੌ ਮਟੀਰੀਅਲ ਹੈ ਕੀ ਹੈ ਪલ્પ ਹੈ ਮਤਲਬ ਪલ્પ ਤੋਂ ਆਪਾਂ ਕੀ ਬਣਾ ਸਕਦਾ ਹੈ ਪੇਪਰ ਬੰਦ ਹੈ ਠੀਕ ਹੈ ਸੇ ਵੇ ਨਾਲ ਇੱਕ ਹੈਂਪਿਕ ਮਟੀਰੀਅਲ ਵਾਲਾ ਰੌ ਮਟੀਰੀਅਲ ਹੈ ਹੈਂਪ ਤਾਂ ਇਸ ਤੋਂ ਆਪਾਂ ਕੀ ਬਣਾ ਸਕਦੇ ਆ ਰੱਸੀ ਬਣਾ ਸਕਦੇ ਆ ਮਤਲਬ ਰੋਪ ਬਣਾ ਸਕਦੇ ਆ ਤਾਂ ਸੀ ਆਪਸ਼ਨ ਰੋਪ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ एवरीवन ਓਕੇ ਨੈਕਸਟ ਮੰango ਫਰੂਟ ਮੰango ਆਪਾਂ ਯੂ نو ਵੈਰੀਬਲ ਇੱਕ ਫਰੂਟ ਦੀ ਟਾਈਪ ਹੈਗੇ ਮੰango ਸੇਮ ਵੇ ਨਾਲ ਜੇ ਆਪਾਂ ਕਹੀਏ ਪੋਟੈਟੋ ਕੀ ਹੁੰਦਾ ਅਸਲ ਦੇ ਵਿੱਚ ਤਾਂ ਪੋਟੈਟੋ ਆਪਣਾ ਇੱਕ ਸਟੈਮ ਹੁੰਦਾ ਮੋਡੀਫਾਈਡ ਸਟੈਮ ਹੁੰਦਾ ਪੋਟੈਟੋ ਦਾ ਦੈਟਸ ਆਪਣਾ ਸੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਆਪਾਂ ਕੁਐਸਚਨ ਡਿਸਕਸ ਕਰਦੇ ਆਂ dog bark ਤਾਂ ਇਹਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਜਿਹੜੀ dog ਹੈ ਅਸਲ ਦੇ ਵਿੱਚ ਜੋ ਵੀ ਉਹ ਵੌਇਸ ਪ੍ਰੋਡਿਊਸ ਕਰਦਾ dog ਉਹਨੂੰ ਆਪਾਂ bark ਕਹਿੰਦੇ ਹੁੰਦੇ ਆ ਠੀਕ ਹੈ ਤਾਂ ਸੇਵੇਂ ਨਾਲ ਜਿਹੜਾ goat ਹੁੰਦਾ ਬੱਕਰੀ ਹੁੰਦੀ ਹੈ ਉਹਦੀ ਜਿਹੜੀ ਵੌਇਸ ਉਹਦੀ ਜਿਹੜਾ ਨੌਇਜ਼ ਪ੍ਰੋਡਿਊਸ ਕਰਦੀ ਹੈ ਬੱਕਰੀ ਜਾਂ goat ਉਹ ਉਹਦੀ ਨੌਇਜ਼ ਨੂੰ ਕੀ ਕਹਿੰਦੇ ਨੇ bleat ਕਹਿੰਦੇ ਨੇ ਤਾਂ ਏ ਆਪਸ਼ਨ bleat ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਕਿਸੇ ਨੂੰ ਨਹੀਂ ਪਤਾ ਹੁੰਦਾ ਬੇਟਾ ਮੈਂ ਬਾਰ ਬਾਰ ਕਹਿ ਰਿਹਾ ਇਹ ਜੇ ਵਰਡਸ ਨਹੀਂ ਪਤਾ ਹੈਗੇ ਤੁਸੀਂ ਇਗਨੋਰ ਨਹੀਂ ਕਰਨਾ ਚੈਪਟਰ ਨੂੰ ਮੈਂ ਪਹਿਲੀ ਗੱਲ ਬਾਰ ਬਾਰ ਕਹਿ ਰਿਹਾ ਤਾਂ ਹਰ ਇੱਕ ਚ ਹਰ ਇੱਕ ਗੱਲ ਨੂੰ ਧਿਆਨ ਨਾਲ ਨੋਟ ਕਰੋ ਤੇ ਲਿਖਦੇ ਜਾਓ ਤੇ ਉਸ ਤੋਂ ਬਾਅਦ ਕਾਪੀ ਕਾਪੀ ਨੂੰ ਰਿਵਾਈਜ਼ ਰਿਵੀਜ਼ਨ ਤੇ ਰੱਖੋ ਇਹ ਬਹੁਤ ਜਲਦੀ ਯਾਦ ਹੋ ਜਾਣਗੇ ਤੁਹਾਨੂੰ ਸਾਰੇ ਠੀਕ ਹੈ ਨਾ ਰਿਵੀਜ਼ਨ ਰੱਖਣੀ ਹੈ ਇਸ ਦੀ ਕਿਉਂਕਿ ਇਹ ਵੀ ਨਹੀਂ ਹੈਗਾ ਵੀ ਹਾਂ ਤੁਸੀਂ ਇੱਕ ਵਾਰ ਕੀਤਾ ਤਾਂ ਤੁਹਾਨੂੰ ਯਾਦ ਰਹਿ ਜਾਣਗੇ ਠੀਕ ਹੈ ਨਾ ਤਾਂ ਥੋੜੀ ਰਿਵੀਜ਼ਨ ਰੱਖ ਹੈਗੇ ਇਜ਼ੀ ਨੇ ਨੈਕਸਟ ਫੂਡ ਸਟਮਕ ਤਾਂ ਇਹਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈ ਫੂਡ ਦਾ ਸਟਮਕ ਦੇ ਨਾਲ ਦੇਖੋ ਆਪਾਂ ਜੋ ਵੀ ਫੂਡ ਖਾਂਦੇ ਆ ਉਹ ਸਟਮਕ ਦੇ ਵਿੱਚ ਜਾ ਕੇ ਉੱਥੇ ਜਾ ਕੇ ਰਿਐਕਸ਼ਨ ਕਰਦਾ ਹੈ ਤੇ ਆਪਣੀ ਬਾਡੀ ਨੂੰ એનર્ਜੀ ਪ੍ਰੋਡਿਊਸ ਕਰਦਾ ਹੈ ਠੀਕ ਹੈ ਨਾ ਤਾਂ ਸੇਵ ਦੇ ਨਾਲ ਫਿਊਲ ਦਾ ਕੀ ਰਿਲੇਸ਼ਨ ਹੋਊਗਾ ਤਾਂ ਫਿਊਲ ਅਸਲ ਦੇ ਵਿੱਚ ਇੰਜਨ ਵਿੱਚ ਜਾਏਗਾ ਤੇ ਆ ਇੰਜਨ ਵਿੱਚ ਰਿਐਕਸ਼ਨ ਕਰਕੇ એનર્ਜੀ ਪ੍ਰੋਡਿਊਸ ਕਰੂਗਾ ਪੂਰੇ ਇੱਕ ਵਾਹਨ ਨੂੰ ਹਨਾ ਤਾਂ ਇੰਜਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਸੀ ਆਪਸ਼ਨ ਇੰਜਨ ਦੇ ਉੱਤੇ ਆਪਾਂ ਟਿੱਕ ਲਗਾ ਦਾਂਗੇ ਨੈਕਸਟ 14th ਕੁਐਸਚਨ ਆਪਾਂ ਡਿਸਕਸ ਕਰ ਰਹੇ ਹਾਂ ਮੂਨ ਸੈਟੇਲਾਈਟ ਤਾਂ ਇਹਦਾ ਆਪਸ ਕਿਲੇਸ਼ਨ ਹੈ ਮੂਨ ਇੱਕ ਕੀ ਹੈ ਸੈਟੇਲਾਈਟ ਹੈ ਜਿਹਨੂੰ ਆਪਾਂ ਕੀ ਕਹਿੰਦੇ ਨੇ ਉਪਗ੍ਰਹ ਕਹਿ ਦਿੰਦੇ ਹੁੰਨੇ ਆ ਤਾਂ ਜੇ ਮੂਨ ਸੈਟੇਲਾਈਟ ਹੈਗਾ ਤਾਂ ਅਰਥ ਕੀ ਹੋਏਗਾ ਆਪਣਾ আর্থ ਇਜ਼ ਆ ਪਲੈਨਟ ਤਾਂ ਬੀ ਆਪਸ਼ਨ ਆਪਣਾ ਟਿਕ ਲਾ ਦਾਂਗੇ আর্থ ਇਜ਼ ਆ ਪਲੈਨਟ ਨੈਕਸਟ ਲਾਫ ਜॉय ਤਾਂ ਇਸਦਾ ਮਤਲਬ ਹੈ ਲਾਫ ਜॉय ਜੁਆਇ ਮਤਲਬ ਕੀ ਹੁੰਦਾ ਖੁਸ਼ੀ ਤਾਂ ਜਦੋਂ ਆਪਾਂ ਨੂੰ ਖੁਸ਼ੀ ਹੁੰਦੀ ਹੈ ਹਨਾ ਜਦੋਂ ਆਪਾਂ ਨੂੰ ਖੁਸ਼ੀ ਹੁੰਦੀ ਆ ਤਾਂ ਆਪਾਂ ਹੱਸਦੇ ਆ ਲਾਫ ਕਰਦੇ ਆ ਹਨਾ ਤਾਂ ਮਤਲਬ ਜਦੋਂ ਆਪਾਂ ਜਦੋਂ ਆਪਾਂ ਹੱਸਦੇ ਆ ਤਾਂ ਮਤਲਬ ਖੁਸ਼ੀ ਹੋਈ ਹੁੰਦੀ ਆ ਆਪਾਂ ਨੂੰ ਤਾਂ ਵੀਪ ਮਤਲਬ ਕੀ ਹੁੰਦਾ ਰੋਣਾ ਤਾਂ ਜਦੋਂ ਆਪਾਂ ਰੋਂਦੇ ਆ ਤਾਂ ਇਹਦਾ ਮਤਲਬ ਹੈ ਦੁੱਖ ਹੁੰਦਾ ਹੈ ਤਾਂ ਦੁੱਖ ਦਾ ਮਤਲਬ ਕੀ ਹੁੰਦਾ ਗਰੀਫ ਤਾਂ ਏ অপਸ਼ਨ ਗਰੀਫ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਤਾਂ 15 ਕੁਐਸਚਨ ਆਪਣੇ ਡਿਸਕਸ ਹੋ ਚੁੱਕੇ ਨੇ ਨੈਕਸਟ ক্রিকেট ਬੈਟ ਤਾਂ ਇਹਦਾ ਆਪਸ ਚ ਕੀ ਰਿਲੇਸ਼ਨ ਹੈ ਦੇਖੋ ক্রিকেট ਆਪਾਂ ਬੈਟ ਨਾਲ ਪਲੇ ਕਰਦੇ ਆ ਹਨਾ ਤਸੇਵੇਂ ਨਾਲ ਹਾਕੀ ਦੇ ਵਿੱਚ ਆਪਾਂ ਕਿਵੇਂ ਪਲੇ ਕਰਦਾ ਕਿਹਦੇ ਨਾਲ ਪਲੇ ਕਰਦਾ ਸਟਿਕ ਦੇ ਨਾਲ ਪਲੇ ਕਰਦੇ ਆ ਜਿਵੇਂ ক্রিকেট ਦੇ ਵਿੱਚ ਬੈਟ ਨਾਲ ਬਾਲ ਪਲੇ ਕਰਦੇ ਆ ਸੇਮਵੇਂ ਨਾਲ ਹਾਕੀ ਦੇ ਵਿੱਚ ਬਾਲ ਕਿਹਦੇ ਨਾਲ ਪਲੇ ਹੋਗੀ ਸਟਿਕ ਦੇ ਨਾਲ ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਬਰਡ ਵਿੰਗ ਤਾਂ ਵਰਡ ਦੇ ਜਿਹੜੇ ਪੰਖ ਹੁੰਦੇ ਨੇ ਉਹਨਾਂ ਨੂੰ ਇੰਗਲਿਸ਼ 'ਚ ਆਪਾਂ ਵਿੰਗ ਕਹਿੰਦੇ ਆ ਸੇਮਵੇਂ ਨਾਲ ਦੇਖੋ ਫਿਸ਼ ਹੈਗੀ ਆ ਉਹਦੇ ਵੀ ਪੰਖ ਹੁੰਦੇ ਨੇ ਤਾਂ ਫਿਸ਼ ਦੇ ਪੰਖ ਨੂੰ ਆਪਾਂ ਫਿਨ ਕਹਿੰਦੇ ਆ ਤਾਂ ਬੀ ਆਪਸ਼ਨ ਫਿਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਨੈਕਸਟ ਕੋਕੋਨਟ ਸ਼ੈਲ ਤਾਂ ਕੋਕੋਨਟ ਨਾਰੀਅਲ ਹੁੰਦਾ ਬੇਟਾ ਜਿਹੜਾ ਨਾਰੀਅਲ ਦੇ ਉੱਪਰਲੇ ਪਾਸੇ ਜਿਹੜੀ ਆਵਲੀ ਪਰਤ ਹੁੰਦੀ ਹੈ ਨਾ ਡੀਅਰ ਇਹਨੂੰ ਆਪਾਂ ਕੀ ਬੋਲਦੇ ਆ ਸ਼ੈਲ ਬੋਲਦੇ ਆ ਤਾਂ ਕੋਕੋਨਟ ਜਿਹਦੇ ਵਿੱਚ ਕਵਰ ਹੁੰਦਾ ਅਸਲਚਾ ਜਿਹੜਾ ਕੋਕੋਨਟ ਹੈ ਕਵਰ ਕਿਦੇ ਵਿੱਚ ਹੈ ਕਵਰ ਕਿਦੇ ਦੁਆਰਾ ਕੀਤਾ ਹੈ ਸ਼ੈਲ ਦੇ ਦੁਆਰਾ ਦਾ ਸੇਵ ਇਹਨਾਂ ਜਿਹੜਾ ਲੈਟਰ ਹੁੰਦਾ ਅਸਲ ਦੇ ਵਿੱਚ ਇੱਕ ਪੱਤਰ ਜਿਹਨੂੰ ਆਪਾਂ ਕਹਿੰਦੇ ਨਾਲ ਲੈਟਰ ਹੁੰਦਾ ਉਹ ਕਿਹਦੇ ਨਾਲ ਕਵਰ ਕੀਤਾ ਹੁੰਦਾ ਇਨਵੈਲਪ ਦੇ ਨਾਲ ਤੁਸੀਂ ਇਨਵੈਲਪ ਦੇ ਵਿੱਚ ਹੀ ਪਾਣੇ ਉਹ ਨਾ ਫੀਲਿੰਗਾਂ ਦੇ ਅਨਸਾਰ ਦੀ ਲੈਟਰ ਹਨਾ ਇਸ ਦੇ ਵਿੱਚ ਆਪਾਂ ਲੈਟਰ ਪਾ ਦਿੰਨੇ ਆ ਤਾਂ ਇਨਵੈਲਪ ਦੇ ਨਾਲ ਲੈਟਰ ਕੀ ਕੀਤਾ ਹੁੰਦਾ ਕਵਰ ਕੀਤਾ ਹੁੰਦਾ एवरीवन ਓਕੇ ਨੈਕਸਟ ਸਮੋਕ ਪੋਲਿਊਸ਼ਨ ਤਾਂ ਇਸ ਦਾ ਆਪਸ ਵਿੱਚ ਕੀ ਰਿਲੇਸ਼ਨ ਹੋਗਾ ਸਮੋਕ ਮਤਲਬ ਕੀ ਹੁੰਦਾ ਧੂਆਂ ਹੁੰਦਾ ਤਾਂ ਜਦੋਂ ਵੀ ਤੂੰ ਆਹ ਨਿਕਲੇਗਾ ਬੇਟਾ ਕਿਸੇ ਵੀ ਵਹੀਕਲ ਦੇ ਵਿੱਚੋਂ ਤਾਂ ਕੀ ਹੋਏਗਾ ਪੋਲਿਊਸ਼ਨ ਹੁੰਦਾ ਹੁੰਦਾ ਹੈ ਨਾ ਤਾਂ স্মੋਕ ਦੇ ਨਾਲ ਕੀ ਹੋਏਗਾ ਪੋਲਿਊਸ਼ਨ ਹੋਏਗਾ ਤਾਂ ਸੇਵ ਇਹਨਾਂ ਜਦੋਂ ਕੋਈ ਵਾਰ ਹੁੰਦੀ ਹੈ ਕੋਈ ਲੜਾਈ ਹੁੰਦੀ ਹੁੰਦੀ ਹੈ ਤਾਂ ਉਦੋਂ ਕੀ ਹੁੰਦਾ ਹੁੰਦਾ ਡਿਸਟਰਕਸ਼ਨ ਹੁੰਦਾ ਹੁੰਦਾ ਤਾਂ ਬਹੁਤ ਜ਼ਿਆਦਾ ਉੱਜੜ ਜਾਂਦਾ ਹੁੰਦਾ ਬਹੁਤ ਜ਼ਿਆਦਾ ਡਿਸਟਰਕਸ਼ਨ ਲੋਕੀ ਕਾਫੀ ਮਰ ਜਾਂਦੇ ਹੁੰਦੇ ਨੇ ਤਾਂ ਇਹਨੂੰ ਆਪਾਂ ਕੀ ਬੋਲਦੇ ਹਾਂ ਡਿਸਟਰਕਸ਼ਨ ਬੋਲਦੇ ਆ ਤਾਂ ਵਾਰ ਦੇ ਨਾਲ ਕੀ ਹੋਏਗੀ ਡਿਸਟਰਕਸ਼ਨ ਹੋਏਗੀ ਬੇਟਾ ਨੈਕਸਟ कांडला गुजरात कांडला एक पोर्ट ਦਾ ਨਾਮ ਹੈ ਜਿਹੜਾ कांडਲਾ ਪੋਰਟ ਹੁੰਦਾ ਹੈ ਉਹ ਗੁਜਰਾਤ ਦੇ ਵਿੱਚ ਹੈ ਬਹੁਤ ਫੇਮਸ ਪੋਰਟ ਹੈ ਸੇ ਵेनਕੀਏ ਕੋਚੀਨ ਆਪਣਾ ਸ਼ਹਿਰ ਬੜਾ ਫੇਮਸ ਕਿੱਥੇ ਹੈ ਬੇਟਾ ਇਹ ਇਹ ਆਪਣਾ ਕੇਰਲਾ ਦੇ ਵਿੱਚ ਹੈ ਤਾਂ ਬੀ অপਸ਼ਨ ਕੇਰਲਾ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਠੀਕ ਹੈ ਨੈਕਸਟ 21st ਕੁਐਸਚਨ ਆਪਾਂ ਡਿਸਕਸ ਕਰ ਰਹੇ ਹਾਂ ਕਮੋਡਰ ਆਪਣਾ ਨੇਵੀ ਦੇ ਵਿੱਚ ਇੱਕ ਪੋਸਟ ਦਾ ਨਾਮ ਹੈ ਕਮੋਡਰ ਠੀਕ ਹੈ ਸੇ ਮੈਨ ਇੱਕ ਬ੍ਰਿਗੇਡੀਅਰ ਦੀ ਪੋਸਟ ਹੈਗੀ ਤਾਂ ਬ੍ਰਿਗੇਡੀਅਰ ਦੀ ਪੋਸਟ ਕਿਦੇ ਵਿੱਚ ਹੋਏਗੀ ਆਰਮੀ ਦੇ ਵਿੱਚ ਹੁੰਦੀ ਹੈ ਤਾਂ ਡੀ ਆਪਸ਼ਨ ਆਰਮੀ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਅਸਾਮ ਬੀਹੂ ਤਾਂ ਜਿਹੜਾ ਅਸਾਮ ਸਟੇਟ ਹੈਗਾ ਉਹਦਾ ਇੱਕ ਡਾਂਸ ਹੈਗਾ ਬੀਹੂ ਬੀਹੂ ਇੱਕ ਫੌਕ ਡਾਂਸ ਹੈ ਬਹੁਤ ਵਾਰੀ ਐਗਜ਼ਾਮ ਚ ਕੁਐਸਚਨ ਆਉਂਦਾ ਹੈ ਵੀ ਜਿਹੜਾ ਬੀਹੂ ਫੌਕ ਡਾਂਸ ਹੈ ਉਹ ਕਿਹੜੀ ਸਟੇਟ ਚ ਹੁੰਦਾ ਹੈ ਇਹ ਇੱਕ ਅਸਾਮ ਸਟੇਟ ਦੇ ਵਿੱਚ ਹੁੰਦਾ ਹੈ ਸੇਮ ਇਨਰ ਕੇਰਲਾ ਦੇ ਵਿੱਚ ਕਿਹੜਾ ਡਾਂਸ ਪਲੇ ਹੋਏਗਾ ਡੀਅਰ ਤਾਂ ਕੇਰਲਾ ਦੇ ਵਿੱਚ ਕਥਕਲੀ ਪਲੇ ਹੁੰਦਾ ਤਾਂ ਇਹ ਆਪਸ਼ਨ ਕਥਕਲੀ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਬਿਲਕੁਲ ਓਕੇ ਨੈਕਸਟ ਸਕੁਅਰ ਡਾਇਮੰਡ ਤਾਂ ਸਕੁਅਰ ਡਾਇਮੰਡ ਇਹਦਾ ਕੀ ਹੁੰਦਾ ਅਸਲ ਦੇ ਵਿੱਚ ਤਾਂ ਇਹ ਕੀ ਕਹਿਣਾ ਚਾਹੁੰਦਾ ਜਿਵੇਂ ਆ ਇੱਕ ਸਕੁਅਰ ਹੈ ਤਾਂ ਸਕੁਅਰ ਦੇ ਜੇ ਆਪਾਂ ਕੋਨਿਆਂ ਨੂੰ ਖਿੱਚੇ ਨਾ ਬਟ ਆ ਜੇ ਉੱਪਰ ਵੱਲ ਨੂੰ ਖਿੱਚੀਏ ਤਾਂ ਇੱਕ ਡਾਇਮੰਡ ਦੀ ਸ਼ੇਪ ਲੈ ਲੇਗਾ ਹਨਾ ਤਾਂ ਸਕੁਅਰ ਤੋਂ ਆਪਾਂ ਜੇ ਇਹਦੇ ਕਾਰਨਰਸ ਨੂੰ ਖਿੱਚਾਂਗੇ ਬਾਹਰ ਵੱਲ ਨੂੰ ਤਾਂ ਇੱਕ ਡਾਇਮੰਡ ਦੀ ਸ਼ੇਪ ਲੈ ਲੇਗਾ ਸੇ ਵੈਨਾ ਕਹਿੰਦਾ ਸਰਕਲ ਦੇ ਜੇ ਆਪਾਂ ਕੋਣਿਆਂ ਨੂੰ ਬਾਹਰ ਖਿੱਚਾਂਗੇ ਤਾਂ ਇੱਕ ਓਵਲ ਦੀ ਸ਼ੇਪ ਲੈ ਲੈਂਦਾ ਹੁੰਦਾ ਤਾਂ ਸੀ ਆਪਸ਼ਨ ਓਵਲ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਓਕੇ एवरीवन ਨੈਕਸਟ ਰੂਬੀ ਰੈਡ ਰੂਬੀ ਬਟਾ ਇੱਕ ਆਪਣਾ ਸਟੋਨ ਦਾ ਨੇਮ ਹੈਗਾ ਰੂਬੀ ਤਾਂ ਇਹਦਾ ਜਿਹੜਾ ਜਿਹੜਾ ਕਲਰ ਹੁੰਦਾ ਉਹ ਇੱਕ ਰੈਡ ਕਲਰ ਦਾ ਹੁੰਦਾ ਰੂਬੀ ਸਟੋਨ ਤਾਂ ਸੇਵ ਨਾਲ ਸਪੀਅਰ ਜਿਹੜਾ ਇੱਕ ਸਟੋਨ ਹੈਗਾ ਅਸਲ ਦੇ ਵਿੱਚ ਇਹਦਾ ਕਲਰ ਕੀ ਹੁੰਦਾ ਹੈ ਬਲੂ ਕਲਰ ਹੁੰਦਾ ਹੈ ਤਾਂ ਇਹ অপਸ਼ਨ ਬਲੂ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਬਿਲਕੁਲ एवरीवन ਓਕੇ ਨੈਕਸਟ ਮੈਨ ਮਸ਼ੀਨ ਕੀ ਇਸ ਦਾ ਮਤਲਬ ਕੀ ਰਿਲੇਸ਼ਨ ਬਣਾਉਗੇ ਮੈਨ ਦੇਖੋ ਮਸ਼ੀਨ ਦੇ ਉੱਤੇ ਵਰਕ ਕਰਦਾ ਮਤਲਬ ਮਸ਼ੀਨ ਨੂੰ ਜਿਹੜਾ ਕੰਟਰੋਲ ਕਰਦਾ ਉਹ ਮੈਨ ਕਰਦਾ ਸੇਵ ਨਾਲ ਮਾਸਟਰ ਕਿਹਨੂੰ ਕੰਟਰੋਲ ਕਰੇਗਾ ਮਾਸਟਰ ਸਲੇਵ ਨੂੰ ਕੰਟਰੋਲ ਕਰਦਾ ਹੁੰਦਾ ਸਲੇਵ ਮਤਲਬ ਨੌਕਰ ਜਿਹੜਾ ਮਾਸਟਰ ਹੁੰਦਾ ਉਹ ਸਲੇਵ ਨੂੰ ਗੁਲਾਮ ਨੂੰ ਆਪਣੇ ਇਹਨੂੰ ਕੰਟਰੋਲ ਕਰਕੇ ਰੱਖਦਾ ਜਿਵੇਂ ਮਸ਼ੀਨ ਨੂੰ ਕੰਟਰੋਲ ਮੈਨ ਕਰ ਸਕਦਾ ਤਾਂ ਸਲੇਵ ਨੂੰ ਕੰਟਰੋਲ ਕੌਣ ਕਰੇਗਾ ਆਪਣਾ ਮਾਸਟਰ ਕਰੇਗਾ ਠੀਕ ਹੈ ਨੈਕਸਟ 26th ਕੁਐਸਚਨ ਗੁੱਡ ਬੈਡ ਤਾਂ ਆਬਵੀਅਸly ਸਿੰਪਲ ਜਿਹਾ ਆਪਣਾ ਐਂਟੋਨੀਮ ਨੇ opposit words ਨੇ ਤਾਂ ਵਰਚੂ ਦੇਖੋ ਵਰਚੂ ਦਾ ਮਤਲਬ ਅਸਲ ਦੇ ਵਿੱਚ ਕਹਿੰਦਾ ਹੈਵਿੰਗ ਗੁੱਡ ਬਿਹੇਵੀਅਰ ਤਾਂ virtue ਦਾ ਮਤਲਬ ਹੈਵਿੰਗ ਗੁੱਡ ਬਿਹੇਵੀਅਰ ਤੇ ਦਾ ਆਪੋਜ਼ਿਟ ਕੀ ਹੋਗਾ ਹੈਵਿੰਗ ਬੈਡ ਬਿਹੇਵੀਅਰ ਤਾਂ ਉਹਨੂੰ vice ਕਹਿੰਦੇ ਨੇ vice ਹੈਵਿੰਗ ਵਾਈ ਬੈਡ ਬਿਹੇਵੀਅਰ ਮਤਲਬ ਕਿ ਨਾ vice virtue ਦਾ ਆਪੋਜ਼ਿਟ vice ਓਕੇ ਨੈਕਸਟ ਬੇਟਾ ਇਹ ਨਾ ਬਹੁਤ ਇੰਪੋਰਟੈਂਟ ਵਰਡਸ ਨੇ ਸਾਰੇ ਇਕਲੇ ਨਹੀਂ ਹੈਗੇ ਬੇਟਾ ਕਲਾ ਰੀਜ਼ਨਿੰਗ ਇਹ ਤੁਹਾਡੀ ਜੀਕੇ ਵੀ ਜੋ ਬਹੁਤ ਜ਼ਿਆਦਾ ਸਟਰੋਂਗ ਕਰਨਗੇ ਬਲੇ ਵਰਡਸ ਇਹ ਜੀਕੇ ਦੇ ਵਿੱਚ ਆਮ ਕੁਐਸਚਨ ਐਗਜ਼ਾਮ ਚ ਆਸਕ ਕਰੀ ਜਾਂਦੇ ਹੁੰਦੇ ਨੇ ਤੁਹਾਡੀ ਇੱਕ ਤਰ੍ਹਾਂ ਦੀ ਜਨਰਲ ਨੋਲੇਜ ਹੀ ਟੈਸਟ ਥੋਰੀ ਹੈ ਤਾਂ ਕਿਉਂਕਿ ਜੀਕੇ ਆਲਮੋਸਟ ਬੱਚੇ ਦੀ ਬਹੁਤ ਡਾਊਨ ਹੁੰਦੀ ਹੈ ਦੈਟਸੋਏ ਬੱਚੇ अटेम्प्ट ਨਹੀਂ ਕਰ ਪਾਉਂਦੇ ਪੇਪਰ ਦੇ ਵਿੱਚ ਤਾਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਬੇਟਾ ਵੀ ਇਹ ਗੱਲ ਨੂੰ ਇਗਨੋਰ ਨਾ ਕਰੋ ਐਨਲੋਜੀ ਵਾਲਾ ਚੈਪਟਰ ਬਹੁਤ ਇੰਪੋਰਟੈਂਟ ਹੈ ਇਹਨੂੰ ਧਿਆਨ ਨਾਲ ਪੜੋ ਆਪਣਾ ਠੀਕ ਹੈ ਨਾ ਮੈਂ ਮੈਂ ਵੀਡੀਓਜ਼ ਅਪਲੋਡ ਕਰਦਾ ਰਹੂੰਗਾ ਇਹਦੇ ਪਾਰਟਸ ਦੇ ਵਿੱਚ ਤਾਂ ਹਰ ਇੱਕ ਪਾਰਟ ਨੂੰ ਬਹੁਤ ਧਿਆਨ ਨਾਲ ਰਿਵੀਜ਼ਨ ਕਰੋ ਵੀ ਤਾਂ ਜੋ ਤੁਸੀਂ ਇੱਕ ਪੇਪਰ ਦੇ ਵਿੱਚ ਬਹੁਤ ਅੱਛਾ ਪਰਫਾਰਮ ਕਰ ਸਕੋ ਜੇਕਰ ਤੁਹਾਨੂੰ ਪਤਾ ਹੋਵੇ ਤਾਂ ਅੱਜ ਆਪਣਾ ਪੀਸੀਐਸ ਦੀ ਰਿਕਰੂਟਮੈਂਟ ਆ ਚੁੱਕਿਆ 77 ਪੋਸਟਾਂ ਨੇ ਪੀਸੀਐਸ ਦੀਆਂ ਦੇਖੋ ਲੋਕਡਾਊਨ ਚੱਲ ਰਿਹਾ ਤਾਂ ਵੀ ਪੋਸਟਾਂ ਉਹਨਾਂ ਨੇ ਇਸ਼ੂ ਕਰਤੀਆਂ ਤਾਂ ਬੇਟਾ ਮੈਂ بار-बार ਕਹਿ ਰਿਹਾ ਪੀਐਸਏ ਛੱਡੋ ਹੋਰ ਵੀ ਜਿਹੜੇ ਤੁਹਾਡੇ ਪਟਵਾਰੀ ਦੇ ਇਗਜ਼ਾਮ ਆਨੇ ਨੇ ਜਾਂ ਤੁਸੀਂ ਕਹਿ ਸਕਦੇ ਹੋ ਆਪਣੇ ਸਬ ਇੰਸਪੈਕਟਰ ਦੇ ਇਗਜ਼ਾਮ ਆਨੇ ਨੇ ਕੋਈ ਵੀ ਇਗਜ਼ਾਮ ਆਣਾ ਹੈਗਾ ਤਾਂ ਉਹ ਉਹਨਾਂ ਨੇ ਇਹਨਾਂ ਦਾ ਕੁਝ ਨਹੀਂ ਪਤਾ ਕਦੋਂ ਅਨਾਉਂਸ ਕਰ ਦੇਣਗੇ ਤਾਂ ਆਪਣੀ ਤਿਆਰੀ ਕਰਦੇ ਰਹੋ ਬੇਟਾ ਠੀਕ ਹੈ ਨਾ ਨੈਕਸਟ ਮੈਲਟ ਲਿਕਵਿਡ ਤਾਂ ਦੇਖੋ ਕਿਵੇਂ ਰਿਲੇਸ਼ਨ ਬਣਾਉਗੇ ਮੈਲਟ ਦਾ ਲਿਕਵਿਡ ਦੇ ਨਾਲ ਜਦੋਂ ਆਪਾਂ ਕੋਈ ਵੀ ਚੀਜ਼ ਮੈਲਟ ਕਰਦੇ ਆ ਤਾਂ ਕਿਹੜੀ ਫਾਰਮੂਲਾ ਹੁੰਦਾ ਲਿਕਵਿਡ ਦੀ ਫਾਰਮੂਲਾ ਲੈਂਦੇ ਆ ਠੀਕ ਹੈ ਨਾ ਸੇਮ ਵੈਨਰ ਫ੍ਰੀਜ਼ ਤਾਂ ਜਦੋਂ ਆਪਾਂ ਕਿਸੇ ਚੀਜ਼ ਨੂੰ ਫ੍ਰੀਜ਼ ਕਰਦੇ ਆ ਫ੍ਰਿਜ ਦੇ ਵਿੱਚ ਰੱਖ ਦਿੰਦੇ ਆ ਫ੍ਰੀਜ਼ ਕਰਤਾ ਠੰਡਾ ਕਰਤਾ ਤਾਂ ਉਹ ਜੰਮੂ ਕੀ ਨਾ ਉਹ ਚੀਜ਼ ਦਾ ਉਹ ਕੀ ਬਣ ਜਾਂਦੀ ਆ ਸੋਲਿਡ ਬਣ ਜਾਂਦੀ ਆ ਤਾਂ ਸੀ ਆਪਸ਼ਨ ਸੋਲਿਡ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਬਿਲਕੁਲ एवरीवन ਓਕੇ ਨੈਕਸਟ ਫੀਅਰ ਥ्रेट ਦੇਖੋ ਕੀ ਇਹਨਾਂ ਦਾ ਰਿਲੇਸ਼ਨ ਅਸਲ ਦੇ ਵਿੱਚ ਸੇਮ ਜੇ ਵਰਡ ਨੇ ਜਦੋਂ ਉਹਨਾਂ ਥ੍ਰੈਟ ਹੁੰਦਾ ਹੁੰਦਾ ਥ੍ਰੈਟ ਦਾ ਮਤਲਬ ਵੀ ਕੀ ਹੁੰਦਾ ਡਰ ਹੁੰਦਾ ਥ੍ਰੈਟ ਮਤਲਬ ਕੀ ਹੁੰਦਾ ਡਰ ਹੁੰਦਾ ਫੀਅਰ ਦਾ ਮਤਲਬ ਵੀ ਡਰ ਹੁੰਦਾ ਤਾਂ ਐਂਗਰ ਦਾ ਮਤਲਬ ਕੀ ਹੋਗਾ ਪ੍ਰੋਵੋਕੇਸ਼ਨ ਤਾਂ ਪ੍ਰੋਵੋਕੇਸ਼ਨ ਕੀ ਹੁੰਦਾ ਉਹ ਵੀ ਇਹ ਵੀ ਇੱਕ ਐਂਗਰ ਦੀ ਹੀ ਟਾਈਪ ਹੈਗਾ ਤਾਂ ਸੇਮ ਜੇ ਵਰਡ ਨੇ ਪ੍ਰੋਵੋਕੇਸ਼ਨ ਦਾ ਮਤਲਬ ਐਂਗਰ ਠੀਕ ਹੈ ਨਾ ਤਾਂ ਲਿਖਿਆ ਦੇਖੋ ਐਕਸ਼ਨ ਦੈਟ ਮੇਕਸ ਸਮਵਨ ਐਂਗਰੀ ਤਾਂ ਐਂਗਰ ਦਾ ਰਿਲੇਸ਼ਨ ਇਹਦੇ ਵਿਚਾਰ ਹੈ ਤਾਂ ਐਂਗਰ ਨਾਲ ਇਹਨੂੰ ਡੀਲ ਕਰਤਾ ਠੀਕ ਹੈ ਨੈਕਸਟ 29th ਕੁਐਸਚਨ ਆਪਾਂ ਡਿਸਕਸ ਕਰ ਰਹੇ ਹਾਂ ਸਕ੍ਰੈਪ ਫੂਡ ਤਾਂ ਦੇਖੋ ਜਿਹੜਾ ਫੂਡ ਹੁੰਦਾ ਨਾ ਆਪਣਾ ਇਹਦਾ ਜਿਹੜਾ ਵੇਸਟ ਬਚਦਾ ਨਾ ਥੋੜਾ ਮੋਟਾ ਬਚ ਜਾਂਦਾ ਹੁੰਦਾ ਫੂਡ ਤਾਂ ਉਹਨੂੰ ਆਪਾਂ ਕੀ ਬੋਲਦੇ ਆ ਸਕ੍ਰੈਪ ਬੋਲਦੇ ਆ ਤਾਂ ਲੀਜ਼ ਕਿਸ ਦੀ ਰਹਿੰਦ ਖੁੰਦ ਹੁੰਦੀ ਆ ਮਤਲਬ ਕਿਹੜੀ ਵੇਸਟ ਹੁੰਦੀ ਆ ਲੀਜ਼ ਵਾਈਨ ਦੀ ਸ਼ਰਾਬ ਦੀ ਤਾਂ ਸ਼ਰਾਬ ਦਾ ਜਿਹੜਾ ਵੇਸਟ ਹੁੰਦਾ ਉਹਨੂੰ ਕੀ ਬੋਲਦੇ ਆਪਾਂ ਲੀਜ਼ ਬੋਲਦੇ ਆ एवरीवन ਓਕੇ ਨੈਕਸਟ 30th ਕੁਐਸਚਨ ਦੇਖ ਲਿਆ ਸੇਫ ਸਿਕਿਉਰ ਕਰਨਾ ਸੇਮ ਸੇਮ ਜੇ ਵਰਡ ਨੇ ਜਦੋਂ ਆਪਾਂ ਕਹਿੰਦਾ ਕੋਈ ਜਿੰਦਾ ਸੇਫ ਹੈ ਤਾਂ ਸਿਕਿਉਰ ਹੋ ਜਾਂਦਾ ਠੀਕ ਹੈ ਨਾ ਸੇਮ ਹੈ ਨਾ ਕੋਈ ਪਰਸਨ ਪ੍ਰੋਟੈਕਟ ਹੈ ਤਾਂ ਪ੍ਰੋਟੈਕਟ ਮਤਲਬ ਇਹ ਕਹਿੰਦਾ ਗਾਰਡ ਕਰਨਾ ਹੁੰਦਾ ਤਾਂ ਸੀ অপਸ਼ਨ ਗਾਰਡ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਆਪਣੇ 30th ਕੁਐਸਚਨ ਡਿਸਕਸ ਹੋ ਚੁੱਕੇ ਨੇ ਨੈਕਸਟ ਗਰਲ ਬਿਊਟੀਫੁੱਲ ਦੇਖੋ ਆਪਾਂ ਗਰਲ ਨੂੰ ਕਿਵੇਂ ਡਿਫਾਈਨ ਕਰਦੇ ਆ ਜੇ ਉਹ ਅਸਲ ਦੇ ਵਿੱਚ ਆਪਣਾ ਕਹਿੰਦੀ ਇੱਕ ਇੱਕ ਅੱਛੇ ਸੋਹਣੀ ਗਰਲ ਹੈਗੀ ਹੈ ਤਾਂ ਉਹਨੂੰ ਆਪਾਂ ਬਿਊਟੀਫੁੱਲ ਦੇ ਨਾਲ ਵਰਡ ਨਾਲ ریلیਟ ਕਰਦਾ ਸੇਮ ਨਾਲਿਕਾ ਬੋਏ ਸੋਨਾ ਹੈਗਾ ਤਾਂ ਉਹਨੂੰ ਆਪਾਂ ਕਿਵੇਂ ਡੀਲ ਕਰਾਂਗੇ ਹੈਂਡਸਮ ਕਹਿ ਕੇ ਤਾਂ ਬੋਏ ਦੇ ਨਾਲ ਹੈਂਡਸਮ ਵਰਡ ਦਾ ਯੂਜ਼ ਹੁੰਦਾ ਹੈ ਗਰਲ ਦੇ ਨਾਲ ਆਪਣਾ ਬਿਊਟੀਫੁੱਲ ਵਰਡ ਦਾ ਯੂਜ਼ ਕਰਦੇ ਹੈਗੇ ਆਪਾਂ ਟੱਚ ਫੀਲ ਤਾਂ ਇਹਨੂੰ ਆਪਸ ਵਿੱਚ ਕੀ ਰਿਲੇਸ਼ਨ ਕਰੋਗੇ ਜੇ ਦੇਖੋ ਆਪਾਂ ਕਿਸੇ ਚੀਜ਼ ਨੂੰ ਟੱਚ ਕਰਦਾ ਤਾਂ ਕੁਝ ਫੀਲ ਹੁੰਦਾ ਹੁੰਦਾ ਠੀਕ ਹੈ ਨਾ ਤਾਂ ਸੇਮ ਇਨ ਗ੍ਰੀਟ ਤਾਂ ਮਤਲਬ ਕਿਸੇ ਕਿਸੇ ਪਰਸਨ ਨੂੰ ਆਪ ਗ੍ਰੀਟ ਕਰ ਰਹੇ ਜਿਵੇਂ ਗੁੱਡ ਮਾਰਨਿੰਗ ਕੀਤਾ ਤਾਂ ਇਹਦਾ ਮਤਲਬ ਇਹਦਾ ਐਕਨੋਲੇਜ ਆਪਾਂ ਉਹ ਪਰਸਨ ਨੂੰ ਐਕਨੋਲੇਜ ਕਰ ਰਹੇ ਆ ਉਹ ਪਰਸਨ ਨੂੰ ਆਪਾਂ ਬੁਲਾ ਰਹੇ ਆ ਆਪ ਨੂੰ ਹੀ ਲੱਗਦਾ ਵੀ ਆਪਾਂ ਨੂੰ ਪਰਸਨ ਕੋਈ ਬੁਲਾ ਰਿਹਾ ਐ ਐਕਨੋਲੇਜ ਕਰ ਰਿਹਾ ਠੀਕ ਹੈ ਨਾ ਨੈਕਸਟ ਚੇਅਰ ਫਰਨੀਚਰ ਤਾਂ ਦੇਖੋ ਜੇ ਆਪਾਂ ਕਹੀਏ ਚੇਅਰ ਇਹ ਇਹ ਕਿਹੜੀ ਕੈਟਾਗਰੀ ਵਿੱਚ ਆਊਗੀ ਫਰਨੀਚਰ ਦੀ ਕੈਟਾਗਰੀ ਚ ਆਉਂਦੇ ਚੇਅਰ ਬੇਟਾ ਤਾਂ ਸੇਮ ਹੈ ਨਾ ਜੇ ਆਪਾਂ ਕਹੇ ਸ਼ੂ ਇਹ ਸ਼ੂ ਕਿਹੜੀ ਕੈਟਾਗਰੀ ਦੇ ਵਿੱਚ ਆਏਗਾ ਤਾਂ ਇਹ ਆਪਣਾ ਫੁੱਟਵੀਅਰ ਦੇ ਵਿੱਚ ਆਏਗਾ ਤਾਂ ਬੀ ਆਪਸ਼ਨ ਫੁੱਟਵੀਅਰ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਟਾਈਪਿਸਟ ਟਾਈਪਰਾਈਟਰ ਤਾਂ ਦੇਖੋ ਬਟਾ ਜਿਹੜਾ ਟਾਈਪਿਸਟ ਹੈਗਾ ਅਸਲ ਦੇ ਵਿੱਚ ਉਹ ਕਿਹਦਾ ਯੂਜ਼ ਕਰ ਰਿਹਾ ਹੈ ਉਹਦਾ ਮੇਨ ਇਨਸਟਰੂਮੈਂਟ ਕੀ ਹੈ ਟਾਈਪਰਾਈਟਰ ਉਸ ਦਾ ਮੇਨ ਇਨਸਟਰੂਮੈਂਟ ਹੈਗਾ ਸੇਮ ਵੇ ਨਾਲ ਜਿਹੜਾ ਰਾਈਟਰ ਹੈਗਾ ਅਸਲ ਦੇ ਵਿੱਚ ਤਾਂ ਜਿਹੜਾ ਰਾਈਟਰ ਹੈ ਉਹ ਮੇਨ ਇਨਸਟਰੂਮੈਂਟ ਆਪਣਾ ਕਿਹਦਾ ਯੂਜ਼ ਕਰੇਗਾ ਉਹ ਮੇਨ ਇਨਸਟਰੂਮੈਂਟ ਪੈਨ ਦਾ ਯੂਜ਼ ਕਰਦਾ ਹੁੰਦਾ ਤਾਂ ਰਾਈਟਰ ਨੇ ਤਾਂ ਲਿਖਣਾ ਉਹ ਤਾਂ ਮੇਨ ਇਸਤੇਮਾਲ ਕਿਹਦਾ ਕਰੂਗਾ ਪੈਨ ਦਾ ਕਰੇਗਾ ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਪੈਨ ਦੇ ਉੱਤੇ ਨੈਕਸਟ ਰੁਪੀ ਇੰਡੀਆ ਤਾਂ ਰੁਪੀ ਇੰਡੀਆ ਦਾ ਮਤਲਬ ਕੀ ਹੈ ਰੁਪੀ ਇੰਡੀਆ ਦੀ ਕਰੰਸੀ ਹੈਗਾ ਸੇਮ ਵੇ ਨਾਲ ਜੈਨ ਕਿਹਦੀ ਕਰੰਸੀ ਹੈਗੀ ਹੈ ਤਾਂ ਯੂ نو ਵੈਰੀ ਵੈਲ ਜੈਨ ਆਪਣੀ ਜਾਪਾਨ ਦੀ ਕਰੰਸੀ ਹੈਗਾ ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਡੌਗ ਰੈਬਿਸ ਤਾਂ ਦੇਖੋ ਇਹ ਡੌਗ ਦੇ ਵੱਢਣ ਦੇ ਨਾਲ ਇੱਕ ਬਿਮਾਰੀ ਫੈਲ ਜਾਂਦੀ ਹੈ दैट इज कॉल्ड ਰੈਬਿਸ ਤਾਂ ਰੈਬਿਸ ਇੱਕ ਡਿਜ਼ੀਜ਼ ਦਾ ਨਾਮ ਹੈਗਾ ਠੀਕ ਹੈ ਨੈਕਸਟ ਜਗ੍ਹਾ ਜੇਪਗੇ ਮੋਸਕੀਟੋ ਦੀ ਬਾਈਟ ਕਰਨ ਦੇ ਨਾਲ ਕਿਹੜਾ ਡਿਜ਼ੀਜ਼ ਫੈਲਦਾ ਇਹਨਾਂ ਵਿੱਚ ਤਾਂ ਓਬਵੀਅਸ ਗੱਲ ਹੈ ਮਲੇਰੀਆ ਤਾਂ ਮਲੇਰੀਆ ਮੋਸਕੀਟੋ ਦੇ ਨਾਲ ਹੁੰਦਾ ਤੇ ਡੌਗ ਦੇ ਨਾਲ ਵੱਢਣ ਦੇ ਨਾਲ ਰੈਬਿਸ ਡਿਜ਼ੀਜ਼ ਹੁੰਦਾ ਬਿਲਕੁਲ ਓਕੇ ਨੈਕਸਟ ਹਾਰਸ